ਹੈਲੋ ਫਰੈਂਡਸ ਵੈਲਕਮ ਟੂ ਯੂਨ ਹਾਈ ਫਾਈ ਜੀਕੇ ਗੁਰੂਜੀ YouTube ਚੈਨਲ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਇਸ ਚੈਨਲ ਆਹੀਂ ਮੈਂ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਆਲ ਕਲਾਸਸ ਦੀ ਜਿਹੜੀ ਹਿਸਟਰੀ ਆ ਉਹ ਕਵਰ ਕਰਵਾ ਰਹੀ ਆ ਐਂਡ ਆਪਣੀ ਤਕਰੀਬਨ ਤਕਰੀਬਨ ਹਿਸਟਰੀ ਆ ਜਿਹੜੀ ਕੰਪਲੀਟ ਹੋਣ ਵਾਲੀ ਆ 9th ਕਲਾਸ ਤੱਕ ਆਪਾਂ ਕੰਪਲੀਟ ਕਰ ਚੁੱਕੇ ਆ ਹੁਣ 10th ਕਲਾਸ ਸਟਾਰਟ ਕਰੀ ਹੋਈ ਆ ਠੀਕ ਹੈ ਤੇ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਨਾ ਤਾਂ ਜਿਹੜੀਆਂ ਹੈਗੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਖਰੀਦਣ ਦੀ ਲੋੜ ਆ ਤੇ ਨਾ ਹੀ ਉਹਨਾਂ ਵਿੱਚੋਂ ਕੁਝ ਪੜਨ ਦੀ ਲੋੜ ਆ ਕਿਉਂਕਿ ਉਹਨਾਂ ਵਿੱਚੋਂ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬੰਦੇ ਸੀ ਉਹ ਸਾਰੇ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਇਹਨਾਂ ਵੀਡੀਓਜ਼ ਦੇਖਣ ਤੋਂ ਬਾਅਦ ਜੇ NCERT ਚੋਂ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਤੁਹਾਡਾ ਇੱਕ ਵੀ ਕੁਐਸਚਨ ਆ ਜਿਹੜਾ ਉਹ ਬਾਹਰ ਨਹੀਂ ਜਾਊਗਾ ਠੀਕ ਹੈ ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਖਾਲਸੇ ਦੀ ਸਿਰਜਣਾ ਅਤੇ ਸਖਸੀਅਤ ਸਿੱਖਾਂ ਦੇ 10ਵੇਂ ਗੁਰੂ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਕੀ ਸੀ ਗੋਵਿੰਦ ਰਾਏ ਜਾਂ ਗੋਵਿੰਦ ਦਾਸ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 22 ਦਸੰਬਰ 1766 ਈਸਵੀ ਨੂੰ ਪਟਨਾ ਵਿੱਚ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ਮਾਤਾ ਗੁਜਰੀ ਜੀ ਹਿੰਦ ਦੀ ਚਾਦਰ ਕਿਸ ਨੂੰ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਕਿੰਨੇ ਸਾਲ ਪਟਨਾ ਵਿਖੇ ਬਤੀਤ ਕੀਤੇ ਪਹਿਲੇ 5 ਸਾਲ ਗੁਰੂ ਗੋਬਿੰਦ ਸਿੰਘ ਜੀ ਨੇ ਫਾਰਸੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਕਾਜੀ ਪੀਰ ਮੁਹੰਮਦ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮੁਖੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਭਾਈ ਸਾਹਿਬ ਚੰਦ ਅਤੇ ਭਾਈ ਸਤੀਦਾਸ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਦਾ ਗਿਆਨ ਕਿਸ ਤੋਂ ਪ੍ਰਾਪਤ ਕੀਤਾ ਪੰਡਤ ਹਰਜਸ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਬੱਜਰ ਸਿੰਘ ਨਾਂ ਦੇ ਰਾਜਪੂਤ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਭੇਂਟ ਵਿੱਚ ਹਥਿਆਰ ਅਤੇ ਘੋੜੇ ਪ੍ਰਾਪਤ ਕਰਨ ਨੂੰ ਬਧੇਰੇ ਮਹੱਤਵ ਕਿਉਂ ਦਿੱਤਾ ਕਿਉਂਕਿ ਉਹ ਸਿੱਖਾ ਨੂੰ ਸੈਨਿਕ ਸ਼ਕਤੀ ਬਣਾਉਣਾ ਚਾਹੁੰਦੇ ਸਨ ਬਚਪਨ ਵਿੱਚ ਪਟਨਾ ਵਿਖੇ ਗੁਰੂ ਗੋਬਿੰਦ राय ਜੀ ਕੀ ਕੀ ਖੇਡਾਂ ਖੇੜਦੇ ਹੁੰਦੇ ਸਨ ਨਕਲੀ ਲੜਾਈਆਂ ਤੇ ਅਦਾਲਤ ਲਗਾ ਕੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਖੇਡਾਂ ਉਹ ਬਚਪਨ ਵਿੱਚ ਖੇੜਦੇ ਸੀ ਕਸ਼ਮੀਰੀ ਪੰਡਤਾਂ ਦੀ ਕੀ ਸਮੱਸਿਆ ਸੀ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਆਤਮ ਬਲੀਦਾਨ ਦੇ ਕੇ ਪੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ राय ਨੇ ਕਿਹੜੇ ਕਿਹੜੇ ਕਿਲੇ ਉਸਾਰੇ ਆਨੰਦਗੜ੍ਹ ਕੇਸਗੜ੍ਹ ਲੋਗੜ੍ਹ ਤੇ ਫਤੇਗੜ ਪੰਜ ਪਿਆਰਿਆਂ ਦੇ ਨਾਂ ਦੱਸੋ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਬਣਵਾਇਆ ਹਰਨਜੀਤ ਨਗਾਰਾ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਿਸ ਕਿਸ ਵਿਚਕਾਰ ਹੋਇਆ 1701 ਈਸਵੀ ਵਿੱਚ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਹੋਇਆ। ਆਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਵਿੱਚ ਕਿਸ ਦੀ ਹਾਰ ਹੋਈ? ਭੀਮਚੰਦ ਦੀ। ਪੰਗਾਣੀ ਦਾ ਯੁੱਧ ਕਦੋਂ ਹੋਇਆ? 1688 ਈਸਵੀ ਵਿੱਚ। ਪੰਗਾਣੀ ਦੇ ਯੁੱਧ ਵਿੱਚ ਕਿਹੜੇ ਦੋ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਲੜੇ? ਬਿਲਾਸਪੁਰ ਦਾ ਸ਼ਾਸਕ ਭੀਮਚੰਦ ਤੇ ਕਾਂਗੜਾ ਦਾ ਰਾਜਾ ਕਿਰਪਾਲ ਚੰਦ। ਖਾਸਾ ਦੀ ਸਾਜਨਾ ਕਦੋਂ ਤੇ ਕਿੱਥੇ ਕੀਤੀ ਗਈ? 1799 ਸ.ਵਿਚ ਆਨੰਦਪੁਰ ਸਾਹਿਬ ਵਿਖੇ ਖੰਡੇ ਦੀ ਪਾਹਲ ਤਿਆਰ ਕਰਨ ਸਮੇ ਕਿੰਨਾ-ਕਿੰਨਾ ਬਾਣੀਆਂ ਦੇ ਪਾਠ ਜਿਹੜਾ ਕੀਤਾ ਜਾਂਦਾ ਹੈ ਜਪਜੀ ਸਾਹਿਬ ਜਾਪ ਸਾਹਿਬ ਆਨੰਦ ਸਾਹਿਬ ਸਬਾਏ ਅਤੇ ਚੌਪਈ ਸਾਹਿਬ ਬिलासपुर ਦੇ ਰਾਜਾ ਭੀਮਚੰਦ ਤੇ ਖਾਲਸਾ ਸਿਰਜਣਾਂ ਦਾ ਕੀ ਅਸਰ ਹੋਇਆ ਉਸਨੇ ਗੁਰੂ ਜੀ ਦੇ ਬਰਧ ਕਈ ਪਹਾੜੀ ਰਾਜਾਂ ਨਾਲ ਗੱਠ ਜੋੜ ਕਰ ਲਿਆ ਪੰਗਾਣੀ ਦੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ ਪੌਂਟਾ ਸਾਹਿਬ ਵਿੱਚ ਭੀਮਚੰਦ ਦੇ ਪੁੱਤਰ ਦੀ ਬਰਾਤ ਦਾ ਸਿੱਖਾਂ ਨਾਲ ਝਗੜਾ ਹੋ ਗਿਆ ਸੀ। ਨਦੌਣ ਦੀ ਲੜਾਈ ਕਦੋਂ ਹੋਈ? 1790 ਈਸਵੀ ਵਿੱਚ। ਭੰਗਾਣੀ ਦੀ ਲੜਾਈ ਕਦੋਂ ਹੋਈ? 1688 ਈਸਵੀ ਵਿੱਚ। ਅਨੰਤਪੁਰ ਸਾਹਿਬ ਦਾ ਪਹਿਲਾ ਯੁੱਧ ਕਦੋਂ ਹੋਇਆ? 1701 ਈਸਵੀ ਵਿੱਚ। ਅਨੰਤਪੁਰ ਸਾਹਿਬ ਦਾ ਦੂਜਾ ਯੁੱਧ ਕਦੋਂ ਹੋਇਆ? 1704 ਈਸਵੀ ਵਿੱਚ। ਨਦੌਣ ਦਾ ਯੁੱਧ ਕਿੰਨਾ ਵਿਚਕਾਰ ਹੋਇਆ? ਮੁਗਲਾਂ ਅਤੇ ਪਹਾੜੀ ਰਾਜਾਂ ਵਿਚਕਾਰ ਹੋਇਆ। ਇਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਾਂ ਦਾ ਸਾਥ ਦਿੱਤਾ। ਨਦੌਣ ਦੀ ਲੜਾਈ ਦਾ ਕੀ ਕਾਰਨ ਸੀ? ਪਹਾੜੀ ਰਾਜਾਂ ਨੇ ਗੁਰੂ ਸਾਹਿਬ ਨਾਲ ਦੋਸਤੀ ਕਰਕੇ ਮੁਗਲ ਸਰਕਾਰ ਨੂੰ ਫਲਾਨਾ ਕਰ ਦੇਣਾ ਬੰਦ ਕਰ ਦਿੱਤਾ ਸੀ। ਪੂਰਬ ਖਾਲਸਾ ਕਾਲ ਤੋਂ ਕੀ ਭਾਵ ਹੈ? ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਤੱਕ ਦੇ ਸਮੇਂ ਨੂੰ ਪੂਰਬ ਖਾਲਸਾ ਕਾਲ ਕਿਹਾ ਜਾਂਦਾ ਵਾ। ਤੇ ਉੱਤਰ ਖਾਲਸਾ ਕਾਲ ਤੋਂ ਕੀ ਭਾਵ ਹੈ? ਖਾਲਸਾ ਦੀ ਸਿਰਜਣਾ ਤੋਂ ਬਾਅਦ ਦਾ ਸਮਾਂ ਜਿਹੜਾ ਉਹਨੂੰ ਉੱਤਰਖਾਲਸਾ ਕਾਲ ਕਿਹਾ ਜਾਂਦਾ ਵਾ ਮੁਖਤਸਰ ਦਾ ਪੁਰਾਣਾ ਨਾਂ ਕੀ ਸੀ ਖਿਦਰਾਣਾ ਮੁਖਤਸਰ ਦਾ ਇਹ ਨਾਂ ਕਿਉਂ ਪਿਆ ਖਿਦਰਾਣੇ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਗਿਆ ਵਾ ਤੇ ਉਹਨਾਂ ਦੀ ਯਾਦ ਵਿੱਚ ਹੀ ਜਿਹੜਾ ਹੈਗਾ ਖਿਦਰਾਣਾ ਸੀ ਉਹਦਾ ਨਾਂ ਮੁਖਤਸਰ ਰੱਖਿਆ ਗਿਆ ਵਾ ਜਫਰਨਾਮਾ ਨਾਮਕ ਖੱਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਚਾਰ ਰਚਨਾਵਾਂ ਦੇ ਨਾਂ ਲਿਖੋ ਜਾਪ ਸਾਹਿਬ ਜਫਰਨਾਮਾ ਅਕਾਲ ਉਸਤਤ ਸ਼ਸਤਰਨਾਮਾ ਮਾਲਾ ਆਦ ਅਨੰਦਪੁਰ ਸਾਹਿਬ ਦੀ ਸਭਾ ਵਿੱਚ ਕਿੰਨੇ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ ਪੰਜ ਵਿਅਕਤੀਆਂ ਨੇ ਪੰਜ ਪਿਆਰਿਆਂ ਵਿੱਚੋਂ ਸਭ ਤੋਂ ਪਹਿਲਾਂ ਬਲੀਦਾਨ ਦੇਣ ਲਈ ਕੌਣ ਆਇਆ ਸੀ ਲਾਹੌਰ ਦਾ ਦਇਆਰਾਮ ਖੱਤਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਦੋਂ ਸੰਭਾਲੀ 1675 ਇਸਵੀ ਵਿੱਚ ਖਾਲਸਾ ਦੇ ਮੈਂਬਰ ਆਪਸ ਵਿੱਚ ਮਿਲਦੇ ਸਮੇਂ ਕਿੰਨਾ ਸ਼ਬਦਾਂ ਦਾ ਇੱਕ ਦੂਸਰੇ ਨਾਲ ਜਿਹੜਾ ਸੀ ਸਵਾਗਤ ਕਰਦੇ ਸਨ ਜਾਂ ਹੁਣ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਦੋ ਸਾਹਿਬਜ਼ਾਦੇ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਦੋ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਦੀਵਾਰ ਵਿੱਚ ਚਣਵਾ ਦਿੱਤਾ ਗਿਆ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਗੁਰੂ ਗੋਵਿੰਦ राय ਜੀ ਦੀ ਦਸਤਾਰਬੰਦੀ ਕਿੱਥੇ ਹੋਈ ਲਖਨੌਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ 11 ਨਵੰਬਰ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਕਿਸ ਨੇ ਅਤੇ ਕਿੱਥੇ ਕੀਤਾ ਭਾਈ ਜੇਤਾ ਜੀ ਨੇ ਅਤੇ ਗੋਵਿੰਦ राय ਜੀ ਨੇ ਆਨੰਦਪੁਰ ਸਾਹਿਬ ਵਿੱਚ ਕੀਤਾ ਗੁਰੂ ਗੋਬਿੰਦ राय ਜੀ ਦੁਆਰਾ ਅਪਣਾਏ ਗਏ ਕਿਸੇ ਇੱਕ ਰਾਸ਼ਟਰੀ ਚੈਨ ਦਾ ਨਾਮ ਦੱਸੋ ਕਲਗੀ ਪੌਂਟਾ ਸਾਹਿਬ ਦਾ ਕੀ ਅਰਥ ਹੈ ਪੈਰ ਰੱਖਣ ਦਾ ਸਥਾਨ ਸਡੋਰਾ ਦੀ ਪਠਾਨ ਸੈਨਾ ਦਾ ਨੇਤਾ ਕੌਣ ਸੀ ਪੀਰ ਬੁੱਧੂ ਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ ਵਿੱਚ ਮੁਗਲ ਸੈਨਾ ਨੂੰ ਕਦੋਂ ਹਰਾਇਆ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ 7 ਅਕਤੂਬਰ 1708 ਈਸਵੀ ਵਿੱਚ ਨੰਦੇੜ ਵਿਖੇ ਜੋਤੀ ਜੋਤ ਸਮਾਏ ਕਿਹੜੇ ਮੁਗਲ ਬਾਦਸ਼ਾਹ ਨੇ ਹਿੰਦੂਆਂ ਨੂੰ ਇਸਲਾਮ ਧਰਮ ਅਪਣਾਉਣ ਤੇ ਮਜਬੂਰ ਕੀਤਾ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਨਾਲ ਸੰਬੰਧਿਤ ਗ੍ਰੰਥ ਕਿਹੜਾ ਹੈ ਬਚਿੱਤਰਨਾਟਕ ਖਾਲਸਾ ਇਸਤਰੀ ਆਪਣੇ ਨਾਂ ਨਾਲ ਕਿਹੜਾ ਅੱਖਰ ਲਗਾਉਂਦੀ ਹੈ ਕੌਰ ਤੇ ਜਿਹੜਾ ਖਾਲਸਾ ਪੁਰਸ਼ਾ ਆਪਣੇ ਨਾਮ ਨਾਲ ਸਿੰਘ ਲਗਾਉਂਦਾ ਖਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨੇ ਹੁੰਦੇ ਹਨ ਪੰਜ ਕਕਾਰ ਕੇਸ਼ ਕੜਾ ਕਸ਼ੇਰਾ ਕੰਗਾ ਤੇ ਕਿਰਪਾਨ ਸੰਤ ਪ੍ਰਥਾ ਨੂੰ ਕਿਸ ਨੇ ਖਤਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ antim ਅਤੇ 10ਵੇਂ ਗੁਰੂ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਹਰੇਕ ਖਾਲਸਾ ਦੇ ਨਾਂ ਨਾ ਲੱਗਾ ਸਿੰਘ ਸ਼ਬਦ ਕਿਹੜੀ ਗੱਲ ਦਾ ਪ੍ਰਤੀਕ ਹੈ ਇਹ ਸ਼ਬਦ ਉਹਨਾਂ ਦੀ ਵੀਰਤਾ ਅਤੇ ਨਿੱਡਰਤਾ ਦਾ ਪ੍ਰਤੀਕ ਹੈ ਪ੍ਰਤੀਕ ਦਸਤਾਨੇ ਨਾ ਦੌਣ ਦਾ ਜੁੱਧ ਕਦੋਂ ਹੋਇਆ 1690 ਈਸਵੀ ਵਿੱਚ ਉੱਤਰ ਖਾਲਸਾ ਕਾਲ ਦੀ ਸਮਾਪਤੀ ਕਿੰਨੀ ਸੀ 1799 ਤੋਂ 1708 ਇਸਵੀ ਤੱਕ ਨਿਰਮੋਧਾ ਯੁੱਧ ਕਦੋਂ ਹੋਇਆ 1702 ਇਸਵੀ ਵਿੱਚ ਆਨੰਦਪੁਰ ਸਾਹਿਬ ਵਿੱਚ ਵਿਦਾਵਾ ਲਿਖਣ ਵਾਲੇ 40 ਸਿੰਘਾਂ ਨੂੰ ਖਿਦਰਾਣਾ ਦੇ ਯੁੱਧ ਵਿੱਚ ਕੀ ਨਾਂ ਦਿੱਤਾ ਗਿਆ 40 ਮੁਕਤਿਆਂ ਦਾ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਵਿਦਾਵਾ ਲਿਖਣ ਵਾਲੇ 40 ਸਿੱਖਾਂ ਦਾ ਮੁਖੀ ਕੌਣ ਸੀ ਭਾਈ ਮਹਾ ਸਿੰਘ ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦਾ ਅੰਤਿਮ ਯੁੱਧ ਕਿਹੜਾ ਸੀ ਖਿਦਰਾਣਾ ਦਾ ਯੁੱਧ ਆਦਿ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਕਿਸ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸੱਦੇ ਤੇ ਨਾਹਣ ਗਏ ਰਾਜਾ ਮੇਧਨੀ ਪ੍ਰਕਾਸ਼ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਹੜੇ ਸਥਾਨ ਤੋਂ ਲਿਖਿਆ ਦੀਨਾ ਕਾਂਗੜ ਤੋਂ ਪੌਂਟਾ ਸਾਹਿਬ ਵਿੱਚ ਰਹਿੰਦੇ ਹੋਏ ਗੁਰੂ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ਇੱਥੇ ਹੋਣਾ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀ ਖਿਦਰਾਣਾ ਤੋਂ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਗਏ ਤਲਵੰਡੀ ਸਾਬੋ ਉਦਾਰ ਅਤੇ ਸਹਿਣਸ਼ੀਲ ਹੋਣ ਕਾਰਨ ਕਿਹੜੇ ਮੁਸਲਮਾਨ ਗੁਰੂ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀ ਮਿੱਤਰ ਸਨ ਪੀਰ ਮੁਹੰਮਦ ਬੁੱਧੂ ਸ਼ਾਹ ਨਿਹੰਗ ਖਾਂ ਨਵੀ ਖਾਂ ਗਨੀ ਖਾਂ ਆਦ ਮੁਸਲਮਾਨ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੰਗੇ ਉਹਨਾਂ ਦੇ ਮਿੱਤਰ ਸੀਗੇ ਤਲਵੰਡੀ ਸਾਬੋ ਵਿਖੇ ਗੁਰੂ ਜੀ ਦੇ ਪ੍ਰਸਿੱਧ ਕਵੀ ਕਿਹੜੇ ਸਨ ਸੈਨਾਪਤ ਆਨੰਦ ਲਾਲ ਉਦੇਰਾਏ ਅਨੀਰਾਏ ਸੁਖਦੇਵ ਹੰਸਰਾਜ ਲਖਨ ਅਤੇ ਗੋਪਾਲ ਇਸਲੇ ਨਾਲ ਹੀ ਮੇਰੀ ਹੈਲਥੀ ਜਿਹੜੀ ਹੈ ਵੀਡੀਓ ਖਤਮ ਹੁੰਦੀ ਆ ਆਈ ਹੋਪ ਕਿ ਤੁਹਾਨੂੰ ਲੈਸਨ ਪਸੰਦ ਆਇਆ ਹੋਊਗਾ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਨਾਲ ਅਸੀਂ ਜਿਹੜੇ ਹੈਗੇ ਆ ਆਫਟਰ 15 ਡੇਸ ਤੱਕ ਇਨ੍ਹਾਂ ਕੁਐਸਚਨ ਆਨਸਰ ਦੀ ਜਿਹੜੀ ਹੈਗੀ ਆ ਤੁਹਾਡੇ ਲਈ ਇੱਕ ਬੁੱਕਲੇਟ ਬਣਾਵਾ ਰਹੇ ਹਾਂ ਕਿਸੇ ਨੇ ਵੀ ਉਹ ਬੁੱਕਲੇਟ ਜੀ ਨੂੰ ਚਾਹੀਦੀ ਆ ਠੀਕ ਆ ਉਹ ਸਾਡਾ ਚੈਨਲ ਦੇ ਵਿੱਚ ਅਬਾਊਟ ਵਿੱਚ ਜਾਓ ਤੇ ਕੰਟੈਕਟ ਨੰਬਰ ਦਿੱਤਾ ਹੋਇਆ ਕੰਟੈਕਟ ਨੰਬਰ ਤੇ ਮੈਸੇਜ ਕਰਕੇ ਜਿਹੜੀ ਇਹ ਬੁੱਕ ਆ ਉਹ ਬਾਈ ਕਰ ਸਕਦੇ ਆ ਠੀਕ ਆ ਉਹਦਾ ਰੇਟ ਆ ਜਿਹੜਾ ਚੀਫ ਆ ਜਿਆਦਾ ਐਕਸਪੈਂਸਿਵ ਨਹੀਂ ਹੋਊਗੀ ਜਦੋਂ ਆ ਗਈ ਉਹਦੀਆਂ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਤਾਂ ਠੀਕ ਆ ਮਿਲਦੇ ਆ ਨੈਕਸਟ ਵੀਡੀਓ ਚ ਥੈਂਕ ਯੂ